ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਸੀਂ ਜਿਸ ਕਿਤਾਬ ਦੇ ਬਾਰੇ ਆਪ ਜੀ ਨਾਲ ਚਰਚਾ ਕਰਾਂਗੇ ਵਿਰਾਸਤ ਟੀਵੀ ਦੇ ਮੰਚ ਤੋਂ ਉਹ ਸਾਡੀ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਵੱਲੋਂ ਵੀ ਸੋ ਬਾਰਾਂ ਸ਼ਾਪੀ ਦੀ ਕਿਤਾਬ ਅਕਾਲ ਤਖਸਾ ਦੇ ਪੰਧਕ ਸਰਕਾਰ ਹੈ ਇਹ ਪੁਸਤਕ ਵੀ ਬਹੁਤ ਵੱਡਕਾਰੀ ਹੈ 545 ਪੰਨੇ ਇਸ ਪੁਸਤਕ ਦੇ ਵਿੱਚ ਅਸੀਂ ਦਰਜ ਕੀਤੇ ਨੇ ਇਹਦੇ ਸਾਰਾ ਵਿਚਾਰ ਦਿੱਤੇ ਗਏ ਨੇ ਇਹ ਜਿਵੇਂ ਕਿ ਨਾਂ ਤੋਂ ਸਪਸ਼ਟ ਹੈ ਕਿ ਅਕਾਲ ਤਖਤ ਸਾਹਿਬ ਜੋ ਸੰਸਥਾ ਹੈ ਸਾਡੀ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਅਕਾਲ ਤਖਤ ਗਲੋਬਲ ਇੰਸਟੀਟਿਊਟ ਦੇ ਰੂਪ ਵਿੱਚ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਵਿਆਖਿਆ ਕੀਤੀ ਹੈ ਇਹ ਆਫਟਰ ਆਲ ਸਾਡੇ ਪੰਥਕ ਸਰੋਕਾਰ ਕੀ ਨੇ ਸਾਡੇ ਪੰਥ ਦੇ ਗੁਰਦੁਆਰਾ ਕੇਂਦਰ ਹੈ ਸਾਡੀ ਸੰਸਥਾਵਾਂ ਨੇ ਸਾਡੀ ਇੱਕ ਵਿਸ਼ਾਲ ਸਾਡੀ ਕੌਮ ਹੈ ਪੰਥ ਹੈ ਇਹ ਵਿਸ਼ਵ ਵਿੱਚ ਫੈਲਿਆ ਹੋਇਆ ਪੰਜਾਬ ਸਾਡਾ ਆਧਾਰ ਹੈ ਔਰ ਇਥੇ ਸਾਡੀਆਂ ਸਾਰੀਆਂ ਸਥਾਨਾਂ ਵਰਕ ਆਊਟ ਕਰ ਰਹੀਆਂ ਨੇ ਆਫਟਰ ਕੀ ਸਰੋਕਾਰ ਕੀ ਨੇ ਕਿਉਂਕਿ ਇਹ ਅਕਸਰ ਪ੍ਰਸ਼ਨ ਉਠਾਇਆ ਜਾਂਦਾ ਰਿਹਾ ਹੈ ਕਿ ਅਕਾਲ ਤਖਤ ਦੇ ਸਹਾ ਦੀ ਸੰਸਥਾ ਨੇ ਆਫਟਰ ਕੀ ਕੰਮ ਕਰਨੇ ਨਕੀ ਇਹਦਾ ਏਜੰਡਾ ਹੈ ਇਸ ਵਾਸਤੇ ਅਸੀਂ ਇਸ ਨੂੰ ਪੂਏ ਪੁਸਤਕ ਬੂਲ ਤੌਰ ਤੇ ਤਿੰਨ ਭਾਗਾਂ ਦੇ ਤਿੰਨ ਖੰਡਾਂ ਚ ਵੰਡੀ ਗਈ ਹੈ ਪਹਿਲੇ ਖੰਡ ਦੇ ਵਿੱਚ ਅਸੀਂ ਜੋ ਗੁਰਦੁਆਰਾ ਧਰਮ ਕੇਂਦਰ ਨੇ ਸਾਡੇ ਸਿੱਖ ਧਰਮ ਕੇਂਦਰ ਨੇ ਗੁਰਦੁਆਰਾ ਸੰਸਥਾ ਹੈ ਉਸ ਦੀ ਵੀ ਆਖਿਆ ਕੀਤੀ ਗਈ ਹੈ ਕਿਉਂਕਿ ਜਦੋਂ ਇਸ ਨੂੰ ਅਕਾਲ ਤਖਤ ਸਾਹਿਬ ਨੂੰ ਇੱਕ ਸਿੱਖ ਪੰਥ ਦੀ ਜਾਂ ਮਾਨਵਤਾ ਦੇ ਕੇਂਦਰ ਜੋ ਇਸ ਵਿਆਖਿਆ ਕਰਨੀ ਹੈ ਤਾਂ ਇਹ ਸ਼ਕਤੀ ਸਰੋਤ ਨੇ ਸ਼ਕਤੀ ਸਰੋਤ ਬੇਸਿਕਲੀ ਗੁਰਦੁਆਰਾ ਹੈ ਜਿਹੜਾ ਕਿ 3-4-500 ਸਾਲ ਦੇ ਵਿੱਚ ਉਤਪਤ ਹੋ ਕੇ ਵਧੂ ਹੋ ਕੇ ਸਾਡੀ ਸੰਸਥਾ ਜਿਹੜੀ ਹੈ ਉਹ ਕਿੱਥੋਂ ਸ਼ੁਰੂ ਹੋਈ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਵਕਫ ਪੜਾਵਾ ਤੇ ਪਾ ਕਰ ਗੁਰਦੁਆਰਾ ਹੈ ਇਸ ਬਾਰੇ ਗੁਰਬਾਣੀ 'ਚ ਹੀ ਆਏ ਸੋ ਗੁਰਦੁਆਰਾ ਜੋ ਕੇਂਦਰ ਹੈ ਇਸ ਬਾਰੇ ਸਭ ਤੋਂ ਵਿਸ਼ੇਸ਼ ਵਧੀਆ ਨਵੇਕਲੀ ਵਿਆਖਿਆ ਜਿਹੜੀ ਹੈ ਭਾਈ ਕਾਂਸੀ ਨਾਭਾ ਨੇ ਕੀਤੀ ਹੈ 6 ਪਾਠ ਦੇ ਵਿੱਚ ਇੱਕ ਇੱਕ ਗੁਰਦੁਆਰਾ ਸਿਖਾ ਲਈ ਇੱਕ ਗਿਆਨ ਗਿਆਨ ਕੇਂਦਰ ਹੈ ਇਹ ਸ਼ਰਾਮ ਦਾ ਕੇਂਦਰ ਹੈ ਇਹ ਜਿਹੜੀ ਸ਼ਫਾ ਖਾਨਾ ਹੈ ਗੁਰਦੁਆਰਾ ਜਿਹੜਾ ਹੈ ਇਸਤਰੀ ਜਾਤੀ ਦੀ ਉਹ ਜਿਸਤਰੀ ਜਾਤੀ ਦੀ ਪਾਤਰਖ ਲੋਮੀ ਦੁਰਗ ਹੈ ਔਰ ਇਹ ਜਿਹੜਾ ਗੁਰਦੁਆਰਾ ਹੈ ਮੂਲ ਤੌਰ ਤੇ ਇੱਕ ਤਰ੍ਹਾਂ ਦਾ ਅਨਪੂਰਨਾ ਹੈ ਸੋ ਜਦੋਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਵਿਆਖਿਆ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਹ ਵੀ ਕੈਵਲੂਸ਼ਨ ਹੈ ਕਿ ਗੁਰਦੁਆਰਾ ਕੇਂਦਰ ਜਿਹੜੇ ਨੇ ਆਪਣੇ ਸਮੇਂ ਦੇ ਵਿੱਚ ਵੱਖ-ਵੱਖ ਸਮੇਂ ਤੇ ਰੋਲ ਅਦਾ ਕਰਦੇ ਰਹੇ ਨੇ ਜਿਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਕੌਮ ਨੂੰ ਸ਼ਕਤੀ ਵੀ ਮਿਲੀ ਪਾਸ ਨੂੰ ਸ਼ਕਤੀ ਮਿਲੀ ਅੱਜੇ ਮਿਲ ਰਹੀ ਹੈ ਜਿੱਥੇ ਕੀਰਤਨ ਗੁਰਬਾਣੀ ਨਾਮ ਦਾ ਪ੍ਰਵਾਹ ਚੱਲਦੇ ਨੇ ਸੋ ਜਦੋਂ ਅਸੀਂ ਇਸ ਨੂੰ ਬੇਸਿਕ ਸੋਰਸ ਆਫ ਸਟਰੈਂਥ ਸਮਝਦੇ ਹਾਂ ਤਾਂ ਇਹਦਾ ਜਿਹੜਾ ਗੁਰਦੁਆਰਾ ਕਮੇਟੀਆਂ ਜਾਂ ਇਸਦਾ ਇੱਕ ਵਿਸ਼ਾਲ ਤੰਤਰ ਜੋ ਹੈ ਇਹਦਾ ਕਿ ਅਗਵਾਈ ਸ਼੍ਰੋਮਣੀ ਉਧਰ ਪਰੰਧ ਕਮੇਟੀ ਮਹਿਸੂਸ ਕੀਤਾ ਜਾ ਸਕਦਾ ਕਰਦੀ ਜਿਹੜੀ 120 ਦੇ ਵਿੱਚ ਪਹਿਲਾਂ ਪੰਥਨੀ ਸਾਹਿਬ ਜੀ ਬਣਾਈ 120 25 ਦੇ ਵਿੱਚ ਇਹਨਾਂ ਸਟੈਚੂਟ ਦਾ ਬਾਡੀ ਬਣ ਗਈ ਸੋ ਜਦੋਂ ਸ਼੍ਰੋਮਣੀ ਉਧਰ ਪਰੰਧ ਕਮੇਟੀ ਦੇ ਨਾਲ-ਨਾਲ ਅੱਜਲੇ ਭਾਰਤ ਦੇ ਵਿੱਚ ਔਰ ਵਿਸ਼ਵ ਦੇ ਵਿੱਚ ਬਹੁਤ ਵੱਡੀਆਂ ਹੋਰ ਕਮੇਟੀਆਂ ਬਣ ਚੁੱਕੀਆਂ ਨੇ ਦਿੱਲੀ ਗੁਰਦਵਾਰਾ ਪਰੰਧ ਕਮੇਟੀ ਹੈ ਹਰਿਆਣਾ ਕਮੇਟੀ ਹੈ ਵੱਖ-ਵੱਖ ਰਾਜਾਂ ਦੇ ਬੋਰਡ ਨੇ ਸੋ ਉਹ ਅਸੀਂ ਗੁਰਦੁਆਰਾ ਇਸ ਕੇਂਦਰ ਦੀ ਜਿਹੜੀ ਇਹਨੂੰ ਮਤਲਬ ਮੂਲ ਬੇਬੂ ਜੀ ਚੇਨ ਮੰਨ ਕੇ ਇੱਕ ਸੁਨਲਿ ਦਾ ਪੰਡ ਕਮੇਟੀ ਸੁਧਾਰਾਂ ਦੀ ਗੱਲ ਕੀਤੀ ਹੈ ਕਿ ਆਫਟਰ ਆਲ 100 ਸਾਲ ਇਸ ਸੰਸਥਾਨ ਬਣੇ ਹੋ ਗਏ ਨੇ ਕਿਹੋ ਜਿਹੇ ਤਰ੍ਹਾਂ ਦੀਆਂ ਉਹ ਪ੍ਰੋਬਲਮਸ ਆ ਜਾਂਦੀਆਂ ਨੇ ਕਿਹੋ ਜਿਹੇ ਤਰ੍ਹਾਂ ਦਾ ਰਾਜਨੀਤੀਕਰਨ ਵੀ ਹੋ ਗਿਆ ਹੋਇਆ ਕਿਹੋ ਜਿਹੇ ਤਰ੍ਹਾਂ ਦੇ ਚ ਐਸੀ ਕੰਮ ਕੀਤੇ ਜਾ ਸਕਦੇ ਜਿਵੇਂ ਕਿ ਹੋਰ ਨਹੀਂ ਕੀਤੇ ਗਏ ਤਾਂ 100 ਸਾਲ ਬਾਅਦ ਉਸ ਦੀ ਰਿਫਰੈਸ਼ ਕਰਕੇ ਸਾਰੀ ਇਸ ਨੂੰ ਕੀ ਕਰਨੇ ਚਾਹੀਦੇ ਸੋ ਇਸ ਸੁਧਾਰਾਂ ਦੀ ਗੱਲ ਕੀਤੀ ਹੈ ਇਹਦੇ ਚ ਧਰਮ ਪਰ ਧਰਮ ਸੁਧਾਰ ਕੀ ਨੇ ਉਦੇਸ਼ ਆਤਮਿਕ ਸੁਧਾਰ ਕੀ ਨੇ ਚੋਣ ਕਿਵੇਂ ਲੜੀ ਜਾਵੇ ਔਰ ਇਸ ਦੇ ਨਾਲ ਜਿਹੜੇ ਆਰਥਿਕ ਸੁਧਾਰ ਕੀ ਕੋ ਜਿਹੜੀ ਸਾਡੀ ਸਾਰੀ ਦਸਵੰਧ ਦੀ ਮਾਇਆ ਜਾਂ ਹੋ ਜਿਸ ਵੀ ਟੰਗ ਦੇ ਨਾਲ ਗੁਰਦੁਆਰਾ ਕੇਂਦਰਾਂ ਨੂੰ ਜਾਂਦੀ ਹੈ ਉਹ ਜਿਹੜੀ ਸਾਡੀ ਗੁਰਮਤ ਦੇ ਅਜਰ ਜਾ ਗੁਰਦੁਆਰਾ ਕੇਂਦਰ ਜਾਂ ਸਾਡੇ ਪੰਥ ਲਈ ਜਾਂ ਸਮਾਜ ਦੇ ਭਲੇ ਲਈ ਵੀ ਵਰਤੀ ਜਾਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਇਹਦਾ ਇੱਕ ਸਿਸਟਮ ਬਣਿਆ ਹੁੰਦਾ ਸੋ ਇਹ ਕੇਵਲ ਜੇ ਮੈਂ ਪਹਿਲਾਂ ਕਹਿ ਚੁੱਕਾ ਕਿ ਇੱਕ ਗੁਰਦੁਆਰਾ ਸ਼੍ਰੋਮਣੀ ਕੋਲ ਤਾਂ ਪੰਧ ਕਮੇਟੀ ਤਾਂ ਉਹਦਾ ਇੱਕ ਤਰ੍ਹਾਂ ਦਾ ਉਹਨੂੰ ਰਿਪਰੈਜ਼ੈਂਟ ਕਰਦੀ ਉਸ ਸੋਚ ਨੂੰ ਉਹ ਸਾਡੀ ਸਬਸਥਾਨ ਨੂੰ ਬਾਕੀ ਸਾਰੇ ਗੁਰਦੁਆਰੇ ਸਿੰਘ ਸਭਾ ਗੁਰਦੁਆਰੇ ਨੇ ਕਿ ਇਤਿਹਾਸਕ ਗੁਰਦੁਆਰੇ ਨੇ ਵਕਫ ਵਕਫ ਸ਼ਹਿਰਾਂ ਦੇ ਉੱਤੇ ਵਕਫ ਸੁਦੇਸ਼ਾ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਤੇ ਨਾਲ ਨਾਲ ਕਈ ਹੋਰ ਡੇਰੇ ਗੁਰਦੁਆਰੇ ਨੇ ਪਰਸ ਵਿਅਕਤੀਗਤ ਗੁਰਦੁਆਰੇ ਨੇ ਸੋ ਇੱਕ ਤਾਂ ਉਹਨਾਂ ਦਾ ਜੋ ਸੁਧਾਰਵਾਦੀ ਏਜੰਡਾ ਹੈ ਅਸੀਂ ਇਸ ਪੁਸਤਕ ਦੇ ਪਹਿਲੇ ਭਾਗ ਜੋ ਸੁਣ ਲਿਆੰਦਾ ਤੇ ਨਾਲ ਇਸ ਗੱਲ ਬਾਰੇ ਚ ਚੇਤਾਵਨੀ ਜਾਂ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿਸੀ ਇੱਕ ਰੂਪਰੇਖਾ ਤਿਆਰ ਕੀਤੀ ਹੈ ਕਿ ਜੇਕਰ ਸਾਡੇ ਆਉਣ ਵਾਲੇ ਸਮੇਂ ਦੇ ਪ੍ਰਧਾਨ ਜਾਂ ਗੁਰਦੁਆਰਾ ਕਮੇਟੀਆਂ ਇਸ ਨੂੰ ਇਸ ਤਰੀਕੇ ਨਾਲ ਕਰਨਗੀਆਂ ਤਾਂ ਜਿੱਥੇ ਅਸੀਂ 100 ਸਾਲ 1920 ਤੋਂ ਲੈ ਕੇ 2020 ਕੀ ਤਬ 23 ਤੱਕ ਅਸੀਂ ਆ ਕੇ ਇੱਕ ਬੜਾ ਵੱਡਾ ਗੁਰਦਰਾ ਕੇਂਦਰਾਂ ਦਾ ਫਲਾਹ ਹੋ ਚੁੱਕਾ ਹੈ ਇਸ ਨੂੰ ਨਵੇਂ ਰੂਪੇ ਦੇ ਵਿੱਚ ਨਵੀਆਂ ਲੋੜਾਂ ਤੇ ਪਿਛੋਕੜੀਆਂ ਮੁਨੱਖ ਦੀਆਂ ਸਿਕਪਾਂ ਦੇ ਨਵੇਂ ਲੋੜਾਂ ਅਨੁਸਾਰ ਆਉਣ ਵਾਲੇ ਸਮੇਂ ਦੇ ਘਟੋ ਘਟ 100 ਸਾਲ ਹੋਰ ਕੀ ਕਰਨ ਵਾਸਤੇ ਇਹ ਜੋ ਫਰੈਸ਼ ਹੈ ਇਹ ਜਿਹੜੀ ਸੈਚੂਰੇਸ਼ਨ ਐ ਸਟੈਗਨੇਸ਼ਨ ਕਿਵੇਂ ਛੁੜੇ ਜਾਵੇ ਇਹ ਕਿਤਾਬ ਦਾ ਪਹਿਲਾ ਭਾਗ ਉਸ ਪਰਥਾਏ ਡੀਲ ਕਰਦਾ ਹੈ ਇਸ ਦੇ ਦੂਸਰੇ ਭਾਗ ਦੇ ਵਿੱਚ ਕਿਉਂਕਿ ਨੇਚਰਲੀ ਜਦੋਂ ਕਾਲ ਤੱਕ ਦੇ ਸਰਵਕਾਰ ਦੀ ਗੱਲ ਕਰਦੇ ਆ ਤਾਂ ਜਹਦਰ ਸਾਹਿਬਾ ਦੀ ਸ਼ਕਤੀ ਜਿਹੜੀ ਬੜੀ ਸੈਂਟਰਲ ਕੇਂਦਰੀਤ ਹੈ ਜਹਦਰ ਸਾਹਿਬਾਂ ਦੀ ਆਪਣੀ ਇੱਕ ਮਤਲਬ ਅਗਵਾਈ ਹੈ ਖਾਲਸਾ ਵਿਕਤੀਤਵ ਹੈ ਉਹ ਕੀ ਹੈ ਇਸ ਵਾਸਤੇ ਮਹਿਸੂਸ ਕੀਤਾ ਜਾ ਸਕਦਾ ਕਿ ਇਹ ਜਾਪਾਵੇਂ ਇਹ ਜਿਹੜਾ ਸਾਡਾ ਸਾਰੇ ਪੰਥ ਨੂੰ ਮਿਲ ਕੇ ਇਸ ਬਾਰੇ ਵਿਚਾਰ ਕਰਕੇ ਤੇ ਜਹਦਰ ਸਾਹਿਬ ਦੀ ਨਿਯੁਕਤੀ ਜਾਂ ਚੋਣ ਕਰਨੀ ਚਾਹੀਦੀ ਹੈ ਉਹ ਉਹ ਵੀ ਅਸੀਂ ਦਿੱਤਾ ਗਿਆ ਕਿ ਇਹ ਨਵਾਂ ਸਿਸਟਮ ਕੀ ਲੈਂਦਾ ਜਾਏ ਪਰ ਇਹਨਾਂ ਦਾ ਖਾਲਸਾ ਵਿਕਤੀਤਵ ਕੀ ਹੋਵੇ ਉਹ ਕਿਹੋ ਜਿਹਾ ਆਗੂ ਹੋਣ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਹੋਵੇ ਉਹਨਾਂ ਦੀ ਜ਼ਿੰਮੇਵਾਰੀਆਂ ਦਾ ਜਿਹੜਾ ਜਿਉ ਜੋ ਉਹਨਾਂ ਨੇ ਜ਼ਿੰਮੇਵਾਰੀ ਨੇ ਪਾਣੀ ਉਹ ਕਿਵੇਂ ਨਿਭਾਣ ਉਹਨਾਂ ਦੇ ਚੇਤਨਾ ਕਿੱਥੇ ਹੋ ਉਹਨਾਂ ਦਾ ਜਿਹੜਾ ਪੰਥਕ ਪ੍ਰਸੰਗ ਹੈ ਪੰਥਕ ਜੋ ਜਜ਼ਬਾ ਹੈ ਜਿਵੇਂ ਕਾਲ ਤੱਕ ਸਾਡੀ ਸੰਸਥਾ ਦੇ ਵਿੱਚ ਪੰਥਕ ਜਜ਼ਬਾ ਵਿਚਰ ਵਿਚਰਦਾ ਹੈ ਇਸ ਤਰ੍ਹਾਂ ਉਹ ਸ਼ਕਸ਼ੀਤ ਰਾਹੀ ਉਸਨੇ ਉਹਦਾ 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 ਜਿਹੜਾ ਰਿਪਰੈਜੈਂਟੇਸ਼ਨ ਹੋਣੀ ਚਾਹੀਦੀ ਸ਼ਕਸ਼ੀਤ ਰਾਹੀ ਉਸਨੇ ਕੰਮ ਕਰਨਾ ਹੈ ਸੋ ਇਸ ਵਾਸਤੇ ਲੀਡਰਸ਼ਿਪ ਕੀ ਹੈ ਲੀਡਰਸ਼ਿਪ ਦੇ ਕੀ ਕੰਟੈਸਟ ਨੇ ਉਹਦੇ ਸੰਕਟ ਕੀ ਨੇ ਉਹਨੇ ਕਿਵੇਂ ਕੰਮ ਕਰਨਾ ਹੈ ਔਰ ਇੱਕ ਜੋ ਮੇਰੀ ਪੀੜ੍ਹੀ ਦੇ ਸਨਾਂਤ ਨੂੰ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਵੇਂ ਇੱਕ ਚੁਕੰਨੇ ਰਹਿ ਕੇ ਸਾਰੇ ਪੰਥ ਨੂੰ ਇੱਕ ਵਿਸ਼ੇਸ਼ ਗਵਾਈ ਜੇਣੀ ਹੈ ਇਹ ਵਿਸ਼ਵਾਸ ਮੈਂ ਕਰਦਾ ਕਿ ਬੜਾ ਇੰਪੋਰਟੈਂਟ ਖੰਡ ਹੈ ਕਿ ਕਿ ਇਹ ਗੱਲ ਜਦੋਂ ਅਸੀਂ ਕਹਿੰਦੇ ਕਿ ਇੱਕ ਸਿੰਘਾਸਣ ਹੈ ਰਾਜ ਸਿੰਘਾਸਣ ਹੈ ਤਾਂ ਉਹਨਾਂ ਨੇ ਉਸ ਅਨੁਸਾਰ ਵਿਹੇਵ ਵੀ ਤਾਂ ਕਰਨਾ ਹੈ ਨਾ ਜੀ ਕੰਮ ਵੀ ਤਾਂ ਕਰਨਾ ਹੈ ਜੇਕਰ ਸ੍ਰੀ ਸ਼ਿਸ਼ਨੂ ਕੰਮ ਸਧਾਰਨ ਆਗੂ ਵਾਂਗੂ ਲੈ ਲੀਏ ਕਿਉਂਕਿ ਉਸ ਨਾਲ ਕੀ ਹੈ ਕਿ ਜਿਹੜੀ ਸਾਡੀ ਸੰਸਥਾ ਕਾਲ ਤੱਕ ਸਾਹਿਬ ਦੀ ਇਸ ਨੂੰ ਸਰਵਉੱਚਤਾ ਵੀ ਕਹਿੰਦੇ ਆ ਸੀ ਸਰਵਉੱਚਤਾ ਜਿਹੜੀ ਹੈ ਉਹ ਜਥੇਦਾਰ ਸਾਹਿਬਾਂ ਰਾਹੀਂ ਉਸਨੇ ਪਰ ਜੋ ਅਲੱਥੋੜਾ ਹੈ ਸੋ ਇਸ ਵਾਸਤੇ ਇਹ ਬੜਾ ਵਿਸ਼ੇਸ਼ ਤੌਰ ਤੇ ਉਦੀ ਸ਼ਕਤੀਸ਼ ਤੇ ਵਿਚਾਰ ਕਰਕੇ ਅਸੀਂ ਇੱਕ ਤਰ੍ਹਾਂ ਦੇ ਇੱਕ ਨਵੀਨਸ਼ਿਕ ਮਾਪਦੰਡ ਨੀਤ ਕੀਤੇ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਦਾ ਜਿਹੜਾ ਅਹਿਸਾਸ ਹੈ ਉਸ ਸਾਰੋਂ ਉਹਦਾ ਖਾਕਾ ਤਿਆਰ ਕੀਤਾ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੇ ਜਹੇਦਰ ਸਾਹਿਬਾਨ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਪੰਜ ਪਿਆਰਾ ਸਿਧਾਂਤ ਦੇ ਅਨੁਸਾਰ ਵਿਚਰ ਕੇ ਵਿਚਦਲ ਵੇਖੀ ਕਿਉਂਕਿ ਸਾਡੇ ਪੰਜ ਤਖਤ ਨੇ ਅਸੀਂ ਅਰਦਾਸ ਵੀ ਕਰਦੇ ਹਾਂ ਭਾਵੇਂ ਇਸ ਦਾ ਜਿਹੜਾ ਪੰਜਾਬ ਦੇ ਵਿੱਚ ਤਿੰਨ ਤਖਤ ਨੇ ਇੱਕ ਇੱਕ ਤਖਤ ਪਟਨਾ ਸਾਹਿਬ ਹੈ ਪੰਜਵਾਂ ਤਖਤ ਹਜੂਰ ਸਾਹਿਬ ਹੈ ਇਹ ਸਾਡੇ ਸੈਂਟਰ ਆਫ ਸਿੱਖ ਅਥਾਰਟिटीज ਨੇ ਇਹਨਾਂ ਦਾ ਆਪਸੀ ਤਾਲਮਿਲ ਕਿਵੇਂ ਹੋਵੇ ਕਿਉਂਕਿ ਪੰਜ ਪਿਆਰਾ ਸਿਧਾਂਤ ਆਪਣੇ ਆਪ ਚ ਬੜਾ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਪੰਜ ਪਿਆਰਾਂ ਦੀ ਸੰਸਥਾ ਹੈ ਲੇਕਿਨ ਇਹ ਭਾਵੇਂ ਮਿਲ ਕੇ ਇੱਥੇ ਜੋ ਫੋਰ ਜਥੇਦਾਰ ਸਾਹਿਬਾਂ ਜਨੇ ਮਿਲ ਕੇ ਫੈਸਲਾ ਕਰਦੇ ਕਿ ਪੰਜ ਪਿਆਰਾ ਸਿਧਾਂਤ ਅਨੁਸਾਰ ਕਿਵੇਂ ਇਸ ਨੂੰ ਅੱਗੇ ਲਿਆ ਜਾ ਸਕਦਾ ਹੈ ਔਰ ਇਸ ਦਾ ਜਿਹੜਾ ਤੀਸਰੇ ਖੰਡ ਦੇ ਵਿੱਚ ਜੋ ਪੰਥਕ ਸਰਕਾਰ ਨੇ ਉਸ ਬਾਰੇ ਸੀ ਬਹੁਤ ਵਿਸ਼ੇਸ਼ ਤੌਰ ਤੇ ਡੀਟੇਲਸ ਡਿਸਕਸ ਕੀਤਾ ਹੈ ਇਹ ਆਫਟਰ ਪੰਥ ਕੀ ਹੈ ਪੰਥੀ ਕੀ ਹੈ ਪੰਥਕ ਕੀ ਹੈ ਕਿਉਂਕਿ ਪੰਥ ਇੱਕ ਸੋਚ ਹੈ ਭਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਪੰਥ ਜੋ ਵੀ ਕੋਈ ਮਾਰਗ ਹੈ ਜਾਂ ਜਿਹੜੇ ਲੋਕ ਕਿਸੇ ਵਿਚਾਰ ਨਾਲ ਜੁੜੇ ਹੋਏ ਕਿਸੇ ਗਰੁੱਪ ਨਾਲ ਜੁੜ ਗਰੁੱਪ ਬਣਾ ਲੈਂਦੇ ਉਹ ਪੰਥ ਹੋ ਜਾਂਦਾ ਹੈ ਲੇਕਿਨ ਕਿਉਂਕਿ ਸਿੱਖ ਦੇ ਨਾਲ ਇਸ ਦਾ ਮੇਲ ਜੁਲ ਹੋ ਚੁੱਕਾ ਹੈ ਔਰ ਸਿੱਖ ਪੰਥ ਜੋ ਨਾਂ ਲੈਣੇ ਤੇ ਬੜਾ ਵੱਡਾ ਸਾਹਮਣੇ ਇਤਿਹਾਸ ਬੜਾ ਸਾਡੇ ਸਿਧਾਂਤ ਬੜੀ ਵੱਡਾ ਜਿਹੜੀ ਸਾਡੀ ਸੰਘਰਸ਼ ਨੇ ਔਰ ਹੁਣ ਜੋ ਸੰਗਰਸ਼ੀ ਨਾਲ ਹਲਾਜ ਲੜਿਆ ਜਾ ਰਿਹਾ ਹੈ ਉਹਦਾ ਸਾਰਾ ਪਲ ਆ ਜਾਂਦਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਿਹੜਾ ਸਿੱਖ ਪੰਥ ਹੈ ਉਹ ਆਪਣੇ ਵਿਸ਼ੇ ਵਰਤ ਲੱਭ ਰਿਹਾ ਹੈ ਕਿ ਸਾਡੀ ਵਿਸ਼ਵ ਦੇ ਚ ਕੀ ਹੋਂਦ ਹੈ ਸਾਡੀ ਹੋਂਦ ਦਾ ਮਕਸਦ ਕੀ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਉਸਦੇ ਕੀ ਮਕਸਦ ਨੇ ਇਹਦਾ ਸਿਧਾਂਤਕ ਆਧਾਰ ਕੀ ਹੈ ਸੋ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਜਹੰਦਰ ਸਾਹਿਬ ਨੇ ਉਹ ਜਿਹੜੇ ਪੰਥਕ ਸਰੋਕਾਰ ਨੇ ਜਿਹਦੇ ਚ ਉਹਨਾਂ ਨੇ ਸਿੱਖ ਪੰਥ ਦੀ ਇੱਕ ਪਾਸੇ ਸਾਡੀ ਸ਼ਕਤੀ ਨੂੰ ਬਣਾ ਕੇ ਰੱਖਣਾ ਹੈ ਸਿੱਖ ਸੰਸਥਾਵਾਂ ਨੂੰ ਸ਼ਕਤੀਚਾਲਿਤ ਕਰਨ ਦਾ ਕਿਉਂਕਿ ਫਰੋਸ ਸਰੋਤ ਫਾਰਨ ਰੁਪਈ ਸੰਸਤਾ ਹੈ ਇਸ ਤੋਂ ਹੀ ਸਾਰੀ ਜਿਹੜੀ ਇਹ ਦਿਸ਼ਾ ਚਲਦੀ ਹੈ ਇਹਦਾ ਇੱਕ ਸਰੂਪ ਢਾਂਚਾ ਹੈ ਜਿਹੜੀ ਸਾਡੀ ਇੰਸਟੀਚਿਊਸ਼ਨਜ਼ ਨੇ ਚਾਹੇ ਉਹ ਧਰਮ ਦੀ ਹੈ ਚਾਹੇ ਐਜੂਕੇਸ਼ਨ ਦੀ ਹੈ ਚਾਹੇ ਕਲਚਰ ਦੀ ਹੈ ਚਾਹੇ ਉਹ ਆਰਥਿਕਤਾ ਹੈ ਚਾਹੇ ਸਾਡਾ ਜੀਵਨ ਹੈ ਸਮੁਰਗੀ ਸਰੋਤ ਪ੍ਰਸੰਗ ਹੈ ਇੰਟੈਲੈਕਚੁਅਲਸ ਨੇ ਇਹ ਸਾਡਾ ਜਿਹੜਾ ਵਿਸ਼ਵ ਫੈਲਾ ਹੋ ਚੁੱਕਾ ਹੈ ਇੱਕ ਸਿੱਖ ਪੰਥ ਜਿਹੜਾ ਵਿਸ਼ਵ ਕਾਮਨ ਵੈਲਥ ਬਣ ਚੁੱਕਾ ਹੈ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਅੱਗੇ ਵਧੀਆਂ ਜਾ ਰਹੀਆਂ ਨੇ ਇਹਦੇ ਨੈਗੇਟਿਵ ਐਸਪੈਕਟ ਵੀ ਹੈਗੇ ਨੇ ਜੇਕਰ ਅਸੀਂ ਆਪਣੇ ਪਰਸਪੈਕਟਿਵ ਜਾਂ ਦ੍ਰਿਸ਼ਟੀਕੋਣ ਨੈਗੇਟਿਵ ਰੱਖਾਂਗੇ ਤਾਂ ਉਹ ਨੈਗੇਟਿਵ ਨਜ਼ਰ ਆਏਗਾ ਇਸ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਜਦੋਂ ਅਸੀਂ ਇਸ ਨੂੰ ਪੋਜ਼ਿਟਿਵ ਕ੍ਰੀਏਟਿਵ ਤੇ ਰਚਨਾਤਮਕ ਤੇ ਇਸ ਨੂੰ ਇਨੋਵੇਟਿਵ ਤਰੀਕੇ ਨਾਲ ਸੋਚਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਗੱਲ ਹੈ ਕਿ ਆਫਟਰ ਆਲ ਅਸੀਂ ਪੰਥ ਨੇ ਕਿੱਧਰ ਜਾਣਾ ਹੈ ਕੀ ਕਰ ਰਹੇ ਸਾਡੇ ਆਗੂ ਦਾ ਕੀ ਰੋਲ ਹੈਗਾ ਸਾਡੀ ਜਣੀਆਂ ਸਾਰੀਆਂ ਸਮੰਵੇ ਕਿਵੇਂ ਬੈਠ ਸਕਦਾ ਹੈ ਔਰ ਮੈਂ ਸੋਚ ਕਾਲ ਤੱਕ ਸਭ ਦਾ ਸਹਿਤ ਕੇਂਦਰ ਜਦੋਂ ਵੀ ਦੇਖੋ ਪੁਰਾਣੇ ਇਤਿਹਾਸ ਦੇ ਵਿੱਚ ਸਾਡੇ ਐਸੇ ਕਿਥੇ ਜੁੜਦੇ ਰਹੇ ਨੇ ਸਰਬਤ ਖਾਲਸਾ ਕਰਦੇ ਰਹੇ ਨੇ ਇੱਕ ਜਥੇਦਾਰ ਸਾਹਿਬ ਨੇ ਇਸ ਬਾਰੇ ਆਦੇਸ਼ ਦਿੰਦੇ ਰਹੇ ਨੇ ਅੱਜ ਵੀ ਹੁਕਮਨਾਮੇ جاری ਹੁੰਦੇ ਨੇ 1920 ਤੋਂ ਲੈ ਕੇ ਜਦੋਂ ਤੇਜਾ ਸਿੰਘ ਪੁੱਤਰ ਨੇ ਅਗਵਾਈ ਲਈ ਸੀ ਪੁਜਾਰੀਆਂ ਤੋਂ ਉਸ ਤੋਂ ਬਾਅਦ ਇੱਕ ਜਥੇਦਾਰ ਸਾਹਿਬਾਂ ਦੇ ਨਾਮ ਵੀ ਲੜੀ ਲਮੀ ਲੜੀ ਹੈ ਉਹ ਉਹ ਮਤਲ ਇਤਿਹਾਸ ਦੇ ਅਪਣੇ ਨਕਸ਼ਾ ਛੱਡਦੇ ਗਏ ਨੇ ਅਵਕ ਸਮੇ ਸਮਝੀਵਨ ਦਨਕਾਰੀਆ ਦਾ 78 ਚਾਇਆ ਅਕਾਲ ਤਾਂ ਜਥੇਦਾਰ ਸਾਹਿਬ ਨੇ ਇੱਕ ਪੰਥ ਦੇ رائے ਨਾਲ ਜੋ ਸੁਜੈਸਟ ਕੀਤੇ ਗਏ ਉਹ ਹੁਕਮਨਾਮਾ ਜਾਰੀ ਕੀਤਾ ਸੋ ਹੁਕਮਨਾਮਾ ਲਗਾਤਾਰ ਹੁੰਦੇ ਰਹਿੰਦੇ ਨੇ ਇਹ ਜਿਹੜੇ ਨੇ ਸਾਡੀ ਸਿੱਖ ਪੰਥ ਮੰਦੇ ਵੀ ਨੇ ਕਿਉਂਕਿ ਸਾਡਾ ਆਸ ਕੇਂਦਰ ਹੈ ਸਾਡਾ ਕੇਂਦਰ ਹੈ ਸੋ ਮੈਂ ਸਮਝਦਾ ਕਿ ਇਹ ਜਿਹੜਾ ਸੋਚੇ ਤੌਰ ਤੇ ਅੱਜ ਜੋ ਸਾਡੇ ਸਾਹਮਣੇ ਸਥਿਤੀ ਹੈ ਉਹ ਇਹ ਜਿਹੜੀ ਪੁਸਤਕ ਹੈ ਇਹ ਜਥੇਦਾਰ ਸਾਹਿਬਾਂ ਨਾਲ ਕਿਉਂ ਜਥੇਦਾਰ ਸਾਹਿਬਾਂ ਲਈ ਸੋ ਗੁਰੂ ਗ੍ਰੰਥ ਸਾਹਿਬ ਤੋਂ ਵੀ ਟੀ ਸਾਡੀ ਹੋਰ ਗੁਰਦਰਾ ਕਮੇਟੀਆਂ ਸਾਡੀ ਹੋਰ ਸੰਸਥਾਵਾਂ ਔਰ ਜਿਸ ਢੰਗ ਦੇ ਨਾਲ ਸਾਡਾ ਵਿਸ਼ਾ ਫੈਲਾ ਹੋ ਚੁੱਕਾ ਹੈ ਇਹ ਪੁਸਤਕ ਜਿਹੜੀ ਹੈ ਕਿ 545 ਪੰਨੇ ਦੀ ਹੈ ਲੋਗਿਸ ਪ੍ਰਕਾਸ਼ਨੇ ਛਾਪੀ ਹੋਈ ਹੈ ਉਸ ਤੋਂ ਮਿਲਦੀ ਹੈ ਸਟ ਗਿਆਨ ਆਸ਼ਰਮ ਪ੍ਰਕਾਸ਼ਨ ਕੋਲ ਵੀ ਇਸ ਦੀ ਪ੍ਰਪਤਾ ਹੈ ਸੋ ਮੈਂ ਸਮਝਦਾ ਕਿ ਇੱਕ ਪੁਸਤਕ ਜਿਹੜੀ ਹੈ ਇੱਕ ਔੜ ਵਾਲੇ ਸਮੇਂ ਦੇ ਜੇਕਰ ਕਿਉਂਕਿ ਮੂਲ ਮੁੱਦਾ ਹੁੰਦਾ ਹੈ ਖਾਲਸਾ ਜੀ ਦੇ ਦਸ਼ਕੋ ਕਿ ਕਿਸ ਤੰਗ ਨਾਲ ਕਿਸੇ ਵੀ ਵਿਦਵਾਨ ਦੇ ਵਿਚਾਰਾਂ ਨੂੰ ਅੱਗੇ ਇਸ ਢੰਗ ਨਾਲ ਜ਼ਮੀਨ ਤੇ ਉਤਾਰਿਆ ਜਾਂਦਾ ਹੈ। ਅਮਲ ਕਿਵੇਂ ਕੀਦਾ ਜਾਂਦਾ ਹੈ? ਤਾਂ ਹੀ ਅਸੀਂ ਉਸ ਕਿਤਾਬ ਦੇ ਜਾਂ ਉਹਦੇ ਵਿਚਾਰਾਂ ਨੂੰ ਅੱਗੇ ਲਿਜਾ ਸਕਦੇ ਹਾਂ। ਕੋਈ ਕਿਤਾਬ ਜਿਹੜੀ ਇੱਕ ਤਰ੍ਹਾਂ ਦੀ ਸਬਜੈਕਟਿਵ ਅਪਰੋਚ ਹੁੰਦੀ ਹੈ। ਆਪਾਂ ਕਿਸੇ ਵਿਸ਼ੇ ਬਾਰੇ ਕਿਸੇ ਵੀ ਗੱਲ ਬਾਰੇ ਕਿਸ ਤਰ੍ਹਾਂ ਲਿਖ ਸਕਦੇ ਹਾਂ। ਲੇਕਿਨ ਜਦੋਂ ਉਹਦੀ ਕ੍ਰੀਏਟਿਵ ਤੇ ਭਵਿੱਖਮੁਖੀ ਸੋਚ ਹੁੰਦੀ ਹੈ ਤਾਂ ਸਾਨੂੰ ਕੋਈ ਕਿ ਸਿਰਜਣ ਵਾਸਤੇ ਉਹਨਾਂ ਕਿਤਾਬਾਂ ਦਾ ਉਹਨਾਂ ਵਿਚਾਰਾਂ ਦਾ ਜਾਂ ਉਸ ਰਾਈਟਰ ਨੇ ਕਿਸ ਭਾਵਨਾ ਨਾਲ ਲਿਖੀ ਹੈ। ਉਸ ਵਾਸਤੇ ਸਾਨੂੰ ਅੱਗੇ ਲਿਜਾਣ ਵਾਸਤੇ ਯਤਨ ਕਰਨੇ ਚਾਹੀਦੇ ਨੇ ਇਹ ਪੁਸਤਕ ਜਿਹੜੀ ਹੈ ਭਾਈ ਗੁਰਦਾਸ ਇੰਸਟੀਚਿਊਟ ਅਵਾਂਸ ਦੇ ਨੰਨਪੁਰ ਸਾਹਿਲ ਛਾਪੀ ਗਈ ਇਹ ਆਪਣੇ ਸਮੇਂ ਦੇ ਵਿੱਚ ਆਪਣਾ ਕੀ ਅੱਗੇ ਰੋਲ ਅਦਾ ਕਰੇਗੀ ਇਸ ਵਾਸਤੇ ਦਰਸ਼ਕੋ ਤੁਹਾਡੇ ਔਰ ਸਾਡੇ ਵਿਦਵਾਨਾਂ ਤੇ ਸਾਡੇ ਆਗੂਆਂ ਤੇ ਸਾਡੇ ਜਥੇਦਾਰ ਸਰਬਾਨਾਂ ਤੇ ਸਾਰਾ ਨਿਰਭਰ ਕਰਦਾ ਹੈ ਕਿ ਕਿਵੇਂ ਅਸੀਂ ਆਉਣ ਵਾਲੇ ਦਹਾਕਿਆਂ ਦੇ ਸਿੱਖ ਪੰਥ ਹੋਰ ਸ਼ਕਤੀਸ਼ਾਲੀ ਕਰ ਸਕਦੇ ਔਰ ਪੁਸਤਕਾਂ ਇੱਕ ਆਪਣੇ ਵਰਤਾਂਤ ਹੁੰਦੇ ਨੇ ਪੁਸਤਕ ਬੜਾ ਵੱਡਾ ਨਰੇਟਿਵ ਸਿਰਿਤਿਆ ਨੇ ਇਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਤਾ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਭਾਰਤ ਚ ਰਹਿੰਦੇ ਹੋਏ ਭਾਰਤ ਦੀ ਜੋ ਸਾਡੀ ਇਸ਼ੀਅਤੀ ਹੈ ਉਸ ਬੱਚੇ اور ਵਿਸ਼ਵ ਨੂੰ ਕੀ ਦਿਸ਼ਾ ਦੇ ਸਕਦੇ ਆ ਇਹ ਸਵਾਛ ਸੰਧਗੜੀ ਕਾਲਤਕ ਸਾਹਿਬ ਜਹਿੰਦਰ ਸਾਹਿਬਾਨ ਦੀ ਸੰਸਥਾਵਾਂ ਕੀ ਰੋਲ ਆ ਕਰ ਸਕਦੀ ਇਹ ਪੁਸਤਕ ਜਿਹੜੀ ਉਸ ਪਰਤੇ ਬੜੀ ਬੱਡੀ ਦਿਸ਼ਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ